ਜੇ ਪਹਿਲਾਂ ਤਾਂ ਸੱਥਾਂ 'ਚ ਅਸੀਂ ਰਾਤ ਦੇ 12-12 ਵਜੇ ਤੱਕ ਰੌਲਾ ਪਾਈ ਜਾਂਦੇ, ਚੌੜ ਕਰੀ ਜਾਂਦੇ, ਹੁਣ ਤਾਂ ਬਸ ਜਾਂ ਮੋਬਾਈਲ ਜਾਂ ਆਪਦਾ ਪੈਗ, ਹੋਰ ਕੁਛ ਨਹੀਂ। ਕਿਹੜੀ ਲਾਉਂਦੇ? ਹਾਂ ਦੋਨੇ ਹੀ ਲਾ ਲੈਂਦੇ ਹਾਂ। ਦੋਨੇ ਕਿਹੜੀ? ਦੇਸੀ ਵੀ ਅੰਗਰੇਜ਼ੀ ਵੀ। ਦੇਸੀ ਠੇਕੇ ਵਾਲੀ ਜਾਂ ਆਪਣੀ ਕੱਢੀ ਘਰ ਵਾਲੇ? ਕਿੰਨੇ ਕੁ ਪੈਗ ਲਾ ਲੈਂਦੇ? ਲਾ ਲੈਂਦੇ 4 ਕੁ ਪੈਗ, ਫਿਰ ਬਸ ਖਾ ਕੇ ਰੋਟੀਆਂ ਸੌ ਜਾਈਦਾ, ਨਾ ਕਿਸੇ ਨਾਲ ਬੋਲਣਾ ਨਾ ਕਰਨਾ। ਜੇ ਬੋਲਿਆ ਫਿਰ ਔਖਾ। ਜੇ ਹੱਥ ਨੇ ਪੈਗ ਲਾ ਕੇ ਬੰਦਾ ਬੋਲੂਗਾ ਜਿਹੜਾ, ਉਹਨੂੰ ਪਤਾ ਵੀ ਬੇਲ ਨਾਲ ਸਿੱਧਾ ਮੱਥੇ ਨੂੰ ਹੋਊਗਾ। ਤੁਹਾਡਾ ਵੀ ਮੁਕਲਾਵਾ ਆਇਆ ਸੀਗਾ ਜਾਂ ਤੁਹਾਡੇ ਨਾਲ ਦੇ ਨਾਲ? ਸਾਡੇ ਤਾਂ ਨਾਲ ਦੀ ਨਾਲ ਹੀ ਚੱਲਦਾ ਸੀ ਕੰਮ, ਨਾਲ ਦੇ ਨਾਲ ਹੀ ਚੱਲਦਾ ਸੀਗਾ। ਤਾਂ ਮਤਲਬ ਤੁਸੀਂ ਪਹਿਲਾਂ ਦੇਖ ਲਿਆ ਸੀਗਾ ਫਿਰ? ਹਾਂਜੀ, ਜਿਵੇਂ ਹੁਣ ਗੀਤ ਨਹੀਂ ਆਇਆ ਐਕਟ, ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲ ਰਹਿੰਦੀ ਸੀ, ਮੈਂ ਪਿੰਡ ਨਾਨਕੇ ਪੜ੍ਹਦਾ ਸੀ। ਸਮਾਂ ਖੇਤੀ ਕਰਨ ਤੋਂ ਬਾਅਦ ਆਟਾ ਚੱਕੀ ਲਾ ਲਈ, ਅਤੇ ਉਹਦੀ ਭੂਆ ਨਾਲ ਆਪਦੀ ਨਾਲ ਚੱਕੀ 'ਤੇ ਆਈ ਉਹ, ਅਤੇ ਮੱਥੇ ਨੈਣ ਵਟਕਾ ਹੋਇਆ। ਕਿੰਨੀ ਕਲਾਸ ਤੱਕ ਪੜ੍ਹੇ? ਮੈਂ ਤਾਂ 6 ਹੀ ਪੜ੍ਹਿਆ। ਬੜੇ ਉਹਦੇ ਅੱਗੇ ਨਹੀਂ ਪੜੇ? ਉਦੋਂ ਮਾਹੌਲ ਹੀ ਇਹੋ ਜਿਹਾ ਹੁੰਦਾ, ਮਾਲ ਚਾਰਨਾ ਚੰਗਾ ਲੱਗਦਾ, ਖੇਤੀ ਕਰਨੀ ਚੰਗੀ ਲੱਗਦੀ, ਅਤੇ ਪੜ੍ਹਨਾ ਚੰਗਾ ਨਹੀਂ ਸੀ ਲੱਗਦਾ। ਜੰਟ ਸਿੰਘ ਜੀ ਕਿੰਨੇ ਸਾਲ ਉਮਰ ਹੋ ਗਈ? 47 ਆ ਜਨਮ ਹੈ ਮੇਰਾ, 5-4 ਸੰਤਲੀ ਦਾ। ਨਹੀਂ ਇਹੋ ਜਿਹੀ ਠੰਡ ਵਿੱਚ ਤੁਸੀਂ ਚਾਦਰੇ 'ਚ ਬੈਠੇ ਹੋ, ਅੱਜ ਕੱਲ੍ਹ ਤਾਂ ਕੋਈ ਚਾਦਰੇ 'ਚ ਵੇਖਦਾ ਨਹੀਂ ਹੈ, ਤੁਸੀਂ ਤਾਂ ਫਿਰ ਚਾਦਰੇ 'ਚ ਬੈਠੇ ਹੋ। ਆਹ ਪਿੱਛੇ ਕਹਿ ਰਹੇ ਨੇ ਰਾਤ ਨੂੰ ਤਾਂ ਚਾਦਰਾ ਲਾ ਦਿੰਦੇ, ਚਾਦਰਾ ਲਾਉਣਾ ਹੀ ਹੈ, ਕੰਬਲ ਲੈ ਲੈਂਦੇ ਨੇ ਉੱਤੇ, ਰਾਤ ਨੂੰ ਕੰਬਲ ਲਿਆ ਜਾਂਦਾ ਉੱਤੇ। ਅੱਛਾ ਜੀ, ਥੱਲੇ ਜੀ। ਸਤਿ ਸ਼੍ਰੀ ਅਕਾਲ, ਬਰਾਊਜ਼ ਡੇਲੀ ਟੀਵੀ ਦੇਖ ਰਹੇ ਹੋ ਤੁਸੀਂ। ਜਿੱਥੇ ਪਿੰਡਾਂ ਵਿੱਚ ਸੱਥਾਂ ਵੇਖੀਆਂ ਜਾਂਦੀਆਂ ਨੇ, ਉੱਥੇ ਹੀ ਅੱਜ ਕਿਸਾਨੀ ਮੋਰਚਾ ਜਿਹੜਾ ਮੋਹਾਲੀ ਵਿੱਚ ਲੱਗਿਆ ਹੋਇਆ, ਉੱਥੇ ਵੀ ਇੱਕ ਬਜ਼ੁਰਗਾਂ ਦੀ ਸੱਥ ਲੱਗੀ ਹੋਈ ਆ। ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਾਰੇ ਇੱਕੋ ਪਿੰਡ ਦੇ ਹੋ? ਹਾਂਜੀ। ਅਤੇ ਬਜ਼ੁਰਗੋ ਫਿਰ ਪੜ੍ਹੇ ਲਿਖੇ ਵੀ ਇਕੱਠੇ ਹੋਣੇ ਆ? ਹਾਂਜੀ, ਪੜ੍ਹੇ ਲਿਖੇ ਇਕੱਠੇ ਨਹੀਂ, ਵੱਡੇ ਛੋਟੇ ਨਹੀਂ ਆਪਸ ਵਿੱਚ। ਕਿੰਨੀ ਕਲਾਸ ਤੱਕ ਪੜ੍ਹੇ? ਮੈਂ ਤਾਂ 6 ਹੀ ਪੜ੍ਹਿਆ। 6 ਬੜੇ, ਉਹਦੇ ਅੱਗੇ ਨਹੀਂ ਪੜ੍ਹੇ? ਨਾ 6 ਤੱਕ। ਉਹਦੇ ਅੱਗੇ ਫਿਰ ਕਿਉਂ ਨਹੀਂ ਪੜ੍ਹੇ? ਉਦੋਂ ਮਾਹੌਲ ਹੀ ਇਹੋ ਜਿਹਾ ਹੁੰਦਾ, ਮਾਲ ਚਾਰਨਾ ਚੰਗਾ ਲੱਗਦਾ, ਖੇਤੀ ਕਰਨੀ ਚੰਗੀ ਲੱਗਦੀ, ਅਤੇ ਪੜ੍ਹਨਾ ਚੰਗਾ ਨਹੀਂ ਸੀ ਲੱਗਦਾ। ਹੁਣ ਪਛਤਾਵਾ ਉਸ ਚੀਜ਼ ਦਾ। ਅੱਜ ਕੱਲ੍ਹ ਦੇ ਨੌਜਵਾਨ ਤਾਂ ਫਿਰ ਖੇਤੀ ਵੱਲੋਂ ਵੀ ਪਿੱਛੇ ਹੀ ਨੇ, ਪੜ੍ਹਾਈ ਵੱਲੋਂ ਵੀ ਇਹੀ ਹੈ, ਪਲੱਸ 2 ਕਰ ਲਈ, ਆਈਲੈਟਸ ਕਰ ਲਈ, ਚਲੋ ਬਾਹਰ। ਹਾਂ ਬਸ ਇਕੱਲਾ ਬਾਹਰ ਦਾ ਹੀ ਰਹਿ ਗਿਆ, ਨੌਕਰੀ ਤਾਂ ਕਿਸੇ ਨੂੰ ਮਿਲਦੀ ਨਹੀਂ ਅੱਜ ਕੱਲ੍ਹ, ਅਤੇ ਬਾਹਰ ਤਾਂ ਹੀ ਆ ਸਾਰਾ ਨਿਰਭਰ। ਹੁਣ ਕੰਮਦਾਰ ਕੰਮ ਵੀ ਨਹੀਂ ਰਹੇ, ਅੱਗੇ ਸਾਨੂੰ ਸਾਰਾ ਸਿਆਲ ਵਿਹਲ ਨਾ ਹੁੰਦੀ, ਕਣਕ ਗੁੱਡ ਲਈ, ਸਰੋਂ ਗੁੱਡ ਲਈ, ਅਤੇ ਆਪਣਾ ਪਾਣੀ ਲਾ ਲਿਆ, ਖਾਲ ਘੜ ਲਏ, ਹੁਣ ਕੰਮ ਹੀ ਨਹੀਂ ਰਿਹਾ ਕੋਈ, ਵਿਹਲੇ ਹਾਂ ਬਿਲਕੁਲ। ਅਤੇ ਫਿਰ ਕਿਤੇ ਜਿੱਥੇ ਨੌਜਵਾਨ ਬਾਹਰ ਨੂੰ ਜਾ ਰਹੇ ਨੇ, ਆਪਣਾ ਪੰਜਾਬ ਖਾਲੀ ਹੋ ਰਿਹਾ, ਪ੍ਰਵਾਸ ਅੱਗੇ ਵਧੀ ਜਾਂਦਾ ਆ। ਹੁਣ ਪਿੱਛੇ ਕੁਛ ਵੀਡੀਓ ਵੀ ਵਾਇਰਲ ਹੋਈਆਂ ਨੇ ਕਿ ਹਾਂ ਵੀ ਪ੍ਰਵਾਸੀਆਂ ਨੇ ਬਜ਼ੁਰਗਾਂ ਦੀਆਂ ਦਾੜੀਆਂ ਪੱਟੀਆਂ ਨੇ। ਇਹ ਇੱਕ ਬਹੁਤ ਮਾੜਾ ਸਮਾਂ ਆ ਗਿਆ, ਜਿਹੜੀ ਨੌਜਵਾਨ ਪੀੜ੍ਹੀ ਹੈ ਕੁਛ ਨਸ਼ਿਆਂ 'ਚ ਲੱਗ ਗਈ, ਕੁਛ ਬਾਹਰ ਵੱਗ ਗਈ, ਭਈਆਂ ਦਾ ਬੋਲਬਾਲਾ ਉਰੇ ਪੰਜਾਬ 'ਚ ਜ਼ਿਆਦਾ ਹੋ ਗਿਆ, ਇਹ ਬਹੁਤ ਮਾੜੀ ਗੱਲ ਹੈ। ਹਾਂਜੀ, ਪਿੰਡ ਵਿੱਚ ਜਦੋਂ ਸ਼ਾਮ ਨੂੰ ਬੈਠਦੇ ਹੋ ਫਿਰ ਕਿੰਨੇ ਵਜੇ ਆ ਕੇ ਬੈਠ ਜਾਂਦੇ? ਪਿੰਡਾਂ 'ਚ ਤਾਂ ਅਸੀਂ ਘੱਟ ਹੀ ਬਹਿੰਦੇ, ਆਪਦਾ ਜਿਹੜਾ ਕੰਮ ਧੰਦਾ ਕਰਿਆ ਅਤੇ ਆਪਦੇ ਘਰ ਫਿਰ ਊਂ ਨਹੀਂ ਬਾਹਲਾ ਬਹਿੰਦੇ ਅਸੀਂ। ਘਰ ਵਾਲੇ ਫਿਰ ਕਹਿੰਦੇ ਕਿ ਹਾਂ ਵੀ ਜਾਓ ਉੱਥੇ ਹੀ ਚੱਲ ਜਾ, ਨਹੀਂ ਤਾਂ ਫਿਰ ਇੱਥੇ ਕਾਹਨੂੰ ਆਉਣਾ ਪਿਆ? ਨਾ ਸੱਥਾਂ 'ਚ ਜਿਵੇਂ ਪਹਿਲਾਂ ਬਹਿੰਦੇ ਹੁੰਦੇ ਉਹਨਾਂ ਨਹੀਂ ਹੁਣ ਬਹਿੰਦੇ। ਜੇ ਪਹਿਲਾਂ ਤਾਂ ਸੱਥਾਂ 'ਚ ਅਸੀਂ ਰਾਤ ਦੇ 12-12 ਵਜੇ ਤੱਕ ਰੌਲਾ ਪਾਈ ਜਾਂਦੇ, ਚੌੜ ਕਰੀ ਜਾਂਦੇ, ਹੁਣ ਤਾਂ ਬਸ ਜਾਂ ਮੋਬਾਈਲ ਜਾਂ ਆਪਦਾ ਪੈਗ, ਹੋਰ ਕੁਛ ਨਹੀਂ। ਪੈਗ ਲਾਉਣ ਦੇ ਸ਼ੌਕੀਨ ਹੋ? ਹਾਂਜੀ। ਅਤੇ ਕਿਹੜੀ ਲਾਉਂਦੇ? ਹਾਂ ਦੋਨੇ ਹੀ ਲਾ ਲੈਂਦੇ ਹਾਂ। ਦੋਨੇ ਕਿਹੜੀ? ਦੇਸੀ ਵੀ ਅੰਗਰੇਜ਼ੀ ਵੀ। ਦੇਸੀ ਠੇਕੇ ਵਾਲੀ ਜਾਂ ਆਪਣੀ ਕੱਢੀ ਘਰ ਵਾਲੀ? ਕੱਢਦੇ ਹੁੰਦੇ? ਹਾਂਜੀ ਹਾਂਜੀ। ਕਿੰਨੇ ਕੁ ਪੈਗ ਲਾ ਲੈਂਦੇ? ਲਾ ਲੈਂਦੇ 4 ਕੁ ਪੈਗ। 4 ਕੁ ਪੈਗ ਲੱਗ ਜਾਂਦੇ, 4 ਕੁ ਪੈਗ ਲਾ ਕੇ ਮਾਹੌਲ ਸੈੱਟ, ਫਿਰ ਬਸ ਖਾ ਕੇ ਰੋਟੀਆਂ ਸੌ ਜਾਈਦਾ, ਨਾ ਕਿਸੇ ਨਾਲ ਬੋਲਣਾ ਨਾ ਕਰਨਾ। ਜੇ ਬੋਲਿਆ ਫਿਰ ਔਖਾ? ਨਾ ਫਿਰ ਬੋਲਦੇ ਨਹੀਂ ਜ਼ਿਆਦਾ। ਬੋਲਿਆ ਜਾਂਦਾ ਨਹੀਂ ਕਿ ਬੋਲਣਾ ਹੀ ਨਹੀਂ? ਨਾ ਬੋਲਦੇ ਨਹੀਂ। ਹਾਂ ਆਦਤੀ ਬਣੀ ਹੋਈ ਆ, ਪੈਗ ਲਾਏ ਰੋਟੀ ਖਾਏ ਤੇ ਪੈ ਗਏ। ਹਾਂਜੀ, ਜੇ ਹੱਥ ਨੇ ਪੈਗ ਲਾ ਕੇ ਬੰਦਾ ਬੋਲੂਗਾ ਜਿਹੜਾ, ਉਹਨੂੰ ਪਤਾ ਵੀ ਬੇਲ ਨਾਲ ਸਿੱਧਾ ਮੱਥੇ ਨੂੰ ਹੋਊਗਾ। ਮਤਲਬ ਡਰ ਰਹਿੰਦਾ ਕਿਤੇ ਨਾ ਕਿਤੇ। ਹਾਂ ਵੀ ਆਪਦਾ ਭਾਈ ਖਾ ਲਈ ਪੀ ਲਈ, ਰੋਟੀਆਂ ਛਕ ਲਈਆਂ, ਆਰਾਮ ਨਾਲ ਬੋਝ ਕੇ ਆਪਦਾ ਪੈ ਜਾਓ। ਬਜ਼ੁਰਗੋ ਕੀ ਨਾਮ ਆ ਆਪਣਾ? ਮੇਰਾ ਨਾਮ ਗੁਰਜੰਟ ਸਿੰਘ। ਗੁਰਜੰਟ ਸਿੰਘ ਜੀ ਕਿੰਨੇ ਸਾਲ ਉਮਰ ਹੋ ਗਈ? 77 ਸਾਲ। 77 ਸਾਲ, 2 ਮਹੀਨੇ ਘੱਟ ਹੈ। 2 ਮਹੀਨੇ ਘੱਟ ਹੈ, ਮਤਲਬ ਵੱਡੇ ਆਣੇ ਵਾਲਾ। 47 ਆ ਜਨਮ ਹੈ ਮੇਰਾ, 5-4 ਸੰਤਲੀ ਦਾ। ਨਹੀਂ ਇਹੋ ਜਿਹੀ ਠੰਡ ਵਿੱਚ ਤੁਸੀਂ ਚਾਦਰੇ 'ਚ ਬੈਠੇ ਹੋ, ਅੱਜ ਕੱਲ੍ਹ ਤਾਂ ਕੋਈ ਚਾਦਰੇ 'ਚ ਵੇਖਦਾ ਨਹੀਂ ਹੈ, ਤੁਸੀਂ ਤਾਂ ਫਿਰ ਚਾਦਰੇ 'ਚ ਬੈਠੇ ਪਜਾਮਾ ਤਾਂ। ਆਹ ਪਿੱਛੇ ਕਹਿ ਰਹੇ ਨੇ ਰਾਤ ਨੂੰ ਤਾਂ ਚਾਦਰਾ ਲਾ ਦਿੰਦੇ, ਚਾਦਰਾ ਲਾ, ਰਾਤ ਨੂੰ ਚਾਦਰਾ ਲਾਉਣਾ ਹੀ ਹੈ, ਕੰਬਲ ਲੈ ਲੈਂਦੇ ਨੇ ਉੱਤੇ, ਰਾਤ ਨੂੰ ਕੰਬਲ ਲਿਆ ਜਾਂਦਾ ਉੱਤੇ। ਅੱਛਾ ਜੀ, ਥੱਲੇ ਜੀ। ਅੱਛਾ ਜੀ, ਥੱਲੇ ਜੀ। ਐਂ ਕੋਈ ਰਾਤ ਨੂੰ ਚਾਦਰਾ ਕਰਨ ਲਾਉਣਾ? ਸੁੱਕਣੇ ਪਾਏ ਹੋਏ ਆ, ਸਾਡੇ ਕਛਹਿਰੇ ਸੁੱਕਣੇ ਪਾਏ ਨੇ। ਤੁਸੀਂ ਤਾਂ ਚਲੋ 47 ਵੇਲੇ ਦੇ ਹੋ,
ਤੇ ਉਸ ਵੇਲੇ ਦਾ ਵੇਲਾ ਖਰਾ ਲੱਗਦਾ ਜਾਂ ਹੁਣ ਦਾ ਵੇਲਾ ਖਰਾ? ਵੇਲਾ ਤਾਂ ਉਦੋਂ ਤਾਂ ਜ਼ਮੀਨਾਂ ਖੁੱਲੀਆਂ ਸੀਆਂ, ਦਾਣੇ ਹੁੰਦੇ ਬਿਨਾਂ ਕੀਮਤ ਤੋਂ, ਕਿਉਂਕਿ ਸਮੇਂ ਲੱਗਦੇ ਨਵੀਂ ਵਾਹੀ ਹੋਈ ਸੀ, ਨਵਾਂ ਦੇਸ਼ ਆਜ਼ਾਦ ਹੋਇਆ ਸੀਗਾ, ਗੁਰ ਸਰਕਾਰ ਨੇ ਭਾਅ ਚੰਗੇ ਦਿੱਤੇ, ਉਹ ਜ਼ਮੀਨਾਂ ਲੋਕਾਂ ਦੀਆਂ ਛੁੱਟ ਗਈਆਂ, ਆਪਣਾ ਗਹਿਣੇ ਗੁਹਣੇ ਪਈਆਂ ਜਿਹੜੀਆਂ ਬਾਣੀਆਂ ਦੀਵਾਲੀਏ ਤੇ ਉਹਨੇ ਹੋ ਗਏ, ਆੜਤੀਆਂ ਦੇ ਚਾਰ ਸਵੇਰ ਫੁੱਲ ਮਿਲ ਕੇ ਚੰਗੀ ਜ਼ਮੀਨ ਉਹ ਦੇਸ਼ ਕੇ ਦਾਣੇ ਹੋ ਜਾਂਦੇ ਬਿਨਾਂ ਰੇਹ ਤੋਂ ਬਿਨਾਂ ਰੇਹ ਤੋਂ ਬਿਨਾਂ। ਮੈਂ ਇੱਕ ਵਾਰੀ ਮਤਲਬ ਮੇਰਾ ਪਿਛਲਾ ਪਿੰਡ ਹੈ ਜਿਹੜਾ ਉਹ ਲੇਹਲ ਖੁਰਦ ਹੈ, ਉੱਥੇ ਮੈਂ ਚੌਥੀ 'ਚ ਪੜ੍ਹਦਾ ਸੀ ਜਦੋਂ ਅਸੀਂ ਇਸ ਪਿੰਡ 'ਚ ਆਏ ਹਾਂ ਮੇਰੇ ਨਾਨਕੇ ਸੀ, ਉਦੋਂ ਮੈਂ ਇੱਥੇ ਆਉਣ 'ਚ ਮਹੀਨਾ ਤਾਂ ਮੇਰਾ ਊਂ ਖਰਾਬ ਹੋ ਗਿਆ ਇੱਕ ਵਾਰੀ, ਫਿਰ ਅਸੀਂ ਬਿਮਾਰ ਹੋ ਗਿਆ ਮੈਂ ਆ ਕੇ, ਮੇਰਾ ਜੀ ਨਹੀਂ ਲੱਗਿਆ ਇੱਥੇ, ਜੀ ਨਾ ਲੱਗਣ ਕਰਕੇ ਫਿਰ ਚੌਥੀ ਜਮਾਤ ਤੋਂ ਫੇਲ ਹੋ ਗਿਆ ਸੀ। ਹਾਂ, ਜੀ ਨਾ ਲੱਗਿਆ ਤਾਂ ਫੇਲ ਹੋ ਗਏ? ਜੀ ਨਾ ਲੱਗਿਆ, ਬਿਮਾਰ ਹੋ ਗਿਆ, ਅਤੇ ਉਸ ਕਰਕੇ ਮਤਲਬ ਮਹੀਨਾ ਵੈਸੇ ਪਛੜ ਕੇ ਉੱਥੇ, ਕਦੇ ਉੱਥੇ ਇਸ ਤਰ੍ਹਾਂ ਪਛੜਨ ਕਰਕੇ ਪੜ੍ਹਾਈ ਪੂਰੀ ਨਾ ਹੋ ਸਕੀ, ਅਤੇ ਜਿਹੜਾ ਮੇਰਾ ਚੌਥੀ ਜਮਾਤ ਦਾ ਨਤੀਜਾ ਸੀ ਉਹ ਫੇਲ ਹੋ ਗਿਆ ਸੀ। ਤੁਸੀਂ ਕਿੰਨੀ ਕਲਾਸ ਤੱਕ ਪੜ੍ਹੇ? ਦੁਬਾਰਾ ਚੌਥੀ 'ਚ ਮੈਂ ਫਿਰ ਦਾਖਲਾ ਲਿਆ, ਪੰਜਵੀਂ ਪਾਸ ਕੀਤੀ, ਛੇਵੀਂ ਸੱਤਵੀਂ ਅੱਠਵੀਂ ਵਧੀਆ ਪਾਸ ਹੋਏ, ਨੌਵੀਂ ਦਸਵੀਂ ਫਿਰ ਮੈਂ ਬੋਹਾ ਕੀਤੀ, ਅਤੇ ਦਸਵੀਂ ਪਾਸ ਕਰਨ ਤੋਂ ਬਾਅਦ ਫਿਰ ਮੈਂ ਆਪਣੇ ਘਰ ਦੇ ਕੰਮ 'ਚ ਲੱਗਿਆ। ਅਤੇ ਤੁਹਾਡਾ ਉਮਰ, ਤੁਹਾਡਾ ਵਿਆਹ ਕਿਹੜੀ ਉਮਰ 'ਚ ਹੋ ਗਿਆ? ਮੇਰਾ ਉਮਰ ਤੁਹਾਨੂੰ ਕੀ ਦੱਸਾਂ ਮੈਂ ਹੁਣ, ਨਹੀਂ ਦੱਸ ਹੀ ਦਿਓ ਫਿਰ। ਪਹਿਲਾ ਵਿਆਹ ਮੇਰਾ 1982 'ਚ ਹੋਇਆ ਸੀ। ਦੋ ਵਿਆਹ ਹੋਏ ਨੇ? ਦੋ ਵਿਆਹ ਹੋਏ ਨੇ। ਪਤਾ ਕੀ ਹੈ, ਉਹ ਆਪਣੀ ਮੱਤ ਨਾ ਮਿਲਣ ਕਰਕੇ ਅਸੀਂ ਮਤਲਬ ਮਲਵਈ ਜੱਟ ਹਾਂ, ਉਹ ਸੀ ਰਫੂਜੀ ਲੋਕ, ਉਹਨਾਂ ਦੀ ਸਾਡੇ ਨਾਲ ਮੱਤ ਨਾ ਮਿਲਣ ਕਰਕੇ ਉਹ ਸਾਡਾ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਮੈਂ 88 'ਚ ਦੁਬਾਰਾ ਵਿਆਹ ਕਰਾਇਆ ਸੀ, 1988 'ਚ। ਉਦੋਂ ਫਿਰ ਤਲਾਕ ਤਲੂਕ ਦਾ ਪ੍ਰੋਸੀਜਰ ਹੁੰਦਾ ਸੀਗਾ? ਨਹੀਂ ਹੁੰਦਾ ਸੀ ਸੀਗਾ ਜੀ, ਉਹਨੂੰ ਵੀ ਹੁੰਦਾ ਸੀਗਾ। ਜਦੋਂ ਦੂਜਾ ਵਿਆਹ ਕਰਵਾਇਆ ਸੀਗਾ, ਅਤੇ ਕਈ ਵਾਰੀ ਇਹ ਤਾਂ ਨਹੀਂ ਫੀਲ ਹੋਇਆ ਕਿ ਹਾਂ ਵੀ ਪਹਿਲੇ ਵਾਲਾ ਠੀਕ ਸੀ? ਨਾ ਨਾ, ਇਹ ਨਹੀਂ ਹੋ ਸਕਦਾ, ਨਹੀਂ ਹੋਇਆ। ਜਦੋਂ ਆਪ 'ਚ ਮੱਤ ਨਾ ਮਿਲਣ ਕਰਕੇ ਫਿਰ ਉਹ ਕਿਵੇਂ ਚੰਗਾ ਲੱਗੂਗਾ? ਫਿਰ ਤੁਹਾਡਾ ਵੀ ਮੁਕਲਾਵਾ ਆਇਆ ਸੀਗਾ ਜਾਂ ਤੁਹਾਡੇ ਨਾਲ ਦੇ ਨਾਲ? ਤਾਂ ਨਾਲ ਦੀ ਨਾਲ ਹੀ ਚੱਲਦਾ ਸੀ ਕੰਮ, ਨਾਲ ਦੇ ਨਾਲ ਹੀ ਚੱਲਦਾ ਸੀਗਾ। ਫਿਰ ਮਤਲਬ ਤੁਸੀਂ ਨਾਲ ਪਹਿਲਾਂ ਦੇਖ ਲਿਆ ਸੀਗਾ ਫਿਰ ਆਂਟੀ ਜੀ? ਹਾਂ, ਉਹ ਪਤਾ ਕੀ ਹੈ, ਜਿਵੇਂ ਹੁਣ ਗੀਤ ਨਹੀਂ ਆਇਆ ਇੱਕ, ਕਹਿੰਦੇ ਮੈਂ ਪਿੰਡ ਨਾਨਕੇ ਰਹਿੰਦਾ ਸੀ, ਉਹ ਭੂਆ ਕੋਲੇ ਪੜ੍ਹਦੀ, ਉਹ ਭੂਆ ਕੋਲੇ ਰਹਿੰਦੀ ਸੀ, ਮੈਂ ਪਿੰਡ ਨਾਨਕੇ ਪੜ੍ਹਦਾ ਸੀ, ਅਤੇ ਉਹ ਮਤਲਬ ਗੱਲ ਹੋਈ ਸੀ। ਮਤਲਬ ਉਸ ਤੋਂ ਬਾਅਦ ਮੈਂ ਪੜ੍ਹਨ ਤੋਂ ਬਾਅਦ ਕੁਛ ਸਮਾਂ ਖੇਤੀ ਕਰਨ ਤੋਂ ਬਾਅਦ ਆਟਾ ਚੱਕੀ ਲਾ ਲਈ, ਅਤੇ ਉਹਦੀ ਭੂਆ ਨਾਲ ਆਪਦੀ ਨਾਲ ਚੱਕੀ 'ਤੇ ਆਈ ਉਹ, ਅਤੇ ਮੱਥੇ ਨੈਣ ਵਟਕਾ ਹੋਇਆ ਫਿਰ ਮਤਲਬ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਵੈਸੇ, ਅਤੇ ਮਤਲਬ ਇਹ ਤਾਂ ਆਮ ਗੱਲ ਹੈ ਹੱਸਣ ਦੀ। ਅਤੇ ਉਹਦੀ ਭੂਆ ਨੇ ਮੈਨੂੰ ਰਿਸ਼ਤਾ ਕਰਾਤਾ ਸੀ ਆਪਣੀ ਭਤੀਜੀ ਦਾ। ਤੁਹਾਡਾ ਤਾਂ ਦਿਲ ਬਾਗ, ਤੁਹਾਡਾ ਦਿਲ ਤਾਂ ਬਾਗੋ ਬਾਗ ਹੋ ਗਿਆ ਹੋਣਾ, ਜਿਹੜਾ ਦੇਖਿਆ ਹੀ ਉਹੀ ਪਸੰਦ ਆ ਗਏ। ਹਾਂ ਹਾਂ, ਠੀਕ ਹੈ, ਬਾਗੋ ਬਾਗ ਪਸੰਦ ਸੀ, ਇੰਨਾ ਹੈ ਨਹੀਂ ਸੀ ਵੈਸੇ ਤਾਂ ਹੱਸਣ ਦੀ ਗੱਲ ਹੈ। ਅਤੇ ਉਹਦੀ ਭੂਆ ਨੇ ਮੈਨੂੰ ਆਪਣੀ ਭਤੀਜੀ ਦਾ ਰਿਸ਼ਤਾ ਕਰਵਾਤਾ, ਅਤੇ ਫਿਰ ਵਿਆਹ ਹੋਇਆ ਮਹੀਨੇ ਬਾਅਦ, ਵਿਆਹ ਤੋਂ ਬਾਅਦ ਨਾਲ ਹੀ ਮੁਕਲਾਵਾ ਆ ਗਿਆ। ਬਾਈ ਜੀ ਕੀ ਨਾਮ ਆ ਆਪਣਾ? ਮੇਰਾ ਨਾਮ ਬਾਈ ਸੁਖਵਿੰਦਰ ਸਿੰਘ ਗੱਗੀ। ਗੱਗੀ ਜੀ ਕਿੱਥੇ ਦੇ ਰਹਿਣ ਵਾਲੇ? ਅਸੀਂ ਬਾਈ ਪਿੰਡ ਹੈਗੇ ਮੰਘਾਣੀਆਂ, ਜ਼ਿਲ੍ਹਾ ਮਾਨਸਾ। ਮਾਨਸੇ ਤੋਂ ਆਏ ਹੋ, ਮੂਸੇ ਵਾਲੇ ਦੇ ਸ਼ਹਿਰ ਤੋਂ ਆਏ ਹੋ? ਹਾਂਜੀ ਹਾਂ, ਮੂਸੇ ਵਾਲੇ ਸ਼ਹਿਰ ਤੋਂ ਆਇਆ। ਅਤੇ ਫਿਰ ਇੱਥੇ ਆ ਕੇ ਤੁਸੀਂ ਸੱਥ ਲਾਈ ਹੋਈ ਆ, ਅਤੇ ਆਉਂਦੇ ਹੀ ਸ਼ੁਰੂ ਹੋ ਗਏ? ਹਾਂ, ਪਹਿਲਾਂ ਸਟੇਜ 'ਤੇ ਜਾ ਕੇ ਆਏ ਹਾਂ। ਪਹਿਲਾਂ ਸਟੇਜ 'ਤੇ ਜਾ ਕੇ? ਪਹਿਲਾਂ ਸਟੇਜ 'ਤੇ ਲਵਾ ਕੇ ਡਿਊਟੀ, ਉਹਦੀ ਡਿਊਟੀ ਪੂਰੀ ਉਹ ਕਰਕੇ, ਉਦੋਂ ਬਾਅਦ ਦੇ ਵਿੱਚ ਆ ਕੇ ਇੱਥੇ ਆਪਦੀ ਜਿਹੜੀ ਪਿੰਡ ਹੁਣ ਕਣਕਾਂ ਕੁਣਕਾਂ ਬੀਜ ਕੇ ਵਿਹਲੇ ਹੋ ਰਹੇ ਹੈਗੇ, ਅਤੇ ਜਿਹੜੀ ਪਿੰਡ ਸੱਥ ਲਾਉਂਦੇ ਹਾਂ ਖੇਡਦੇ ਹਾਂ ਤਾਂ ਅਸ, ਉਹੀ ਆ ਕੇ ਅੱਜ ਚੰਡੀਗੜ੍ਹ ਦੀਆਂ ਸੜਕਾਂ 'ਤੇ ਲਾਤੀ। ਪਿੰਡ ਦਾ ਸਾਰਾ ਕੰਮ ਖਤਮ ਕਰ ਜਾਂਦਾ ਆਪਣੇ ਖੇਤਾਂ ਖੁੱਤਾਂ ਦਾ ਸਾਰਾ? ਪਿੰਡ ਵਾਲਾ ਖਤਮ ਕਰਕੇ ਆ ਕੇ ਕਣਕਾਂ ਦੀ ਬਿਜਾਈ ਕਰਤੀ, ਜਮ੍ਹਾਂ ਵਿਹਲੇ ਹੋ ਕੇ ਆਏ ਹਾਂ। ਹਾਂਜੀ ਹਾਂ। ਅਤੇ ਬਜ਼ੁਰਗੋ, ਇਹ ਸੱਥ ਸਟਾਰਟ ਕੀਤੀ ਹੋਈ ਆ ਤੁਸੀਂ, ਅਤੇ ਫਿਰ ਕਿਹੜੀ ਖੇਡ ਰਹੇ ਹੋ ਇਸ ਵੇਲੇ? ਅਸੀਂ ਦਸ ਪੱਤਰੀ। ਇਹ ਅੱਜ ਕੱਲ੍ਹ ਦੇ ਨੌਜਵਾਨਾਂ ਤੋਂ ਤਾਂ ਪਤਾ ਨਹੀਂ ਹੋਣਾ, ਮੈਨੂੰ ਵੀ ਨਹੀਂ ਪਤਾ ਆ, ਜ਼ਰਾ ਦੱਸ ਦਿਓ ਕਿ ਹਾਂ ਵੀ ਦਸ ਪੱਤਰੀ 'ਚ ਹੁੰਦਾ ਕੀ? ਉਹ ਹੀ ਦੱਸਣੀ। ਅਤੇ ਉਦੋਂ ਬਾਅਦ ਇੱਕ ਸੁੱਚੀ ਲਾਉਣ ਤੋਂ ਬਾਅਦ ਫਿਰ ਜਿਹੜੇ ਮਰਜ਼ੀ ਪੱਤੇ ਲੈ ਕੇ ਜਾਓ। ਹਾਂਜੀ, ਫਿਰ ਹਾਂ ਕੋਈ ਵੱਡੇ ਛੋਟੇ ਲੱਗੇ ਜਾਣ, ਆਹ ਜ਼ਰੂਰੀ ਹੁੰਦੀ ਹੈ, ਜੇ ਨਹੀਂ ਲੱਗਦੀ ਉਨ੍ਹਾਂ ਚਿਰ ਆਪਾਂ ਜੌਕਰ ਨਹੀਂ ਦੇਖ ਸਕਦੇ। ਜਦੋਂ ਜੌਕਰ ਦੇਖ ਲਿਆ ਉਹ ਤੋਂ ਵੱਡਾ ਪੱਤਾ, ਉਹਨੂੰ ਆਪਾਂ ਜਿਹੜੇ ਮਰਜ਼ੀ ਪੱਤਿਆਂ ਵਿਚਾਲੇ ਪਾ ਸਕਦੇ।